ਜਿਹੜਾ ਉਹਨੇ 10 ਸਾਲ ਦੇ ਵਿੱਚ ਗੰਦ ਪਾ ਰੱਖਿਆ ਸੀ ਉਹ ਹੁਣ ਚੰਗੇ ਕੰਮ ਕਰੇ। ਤੂੰ ਉੱਪਰ ਗੱਲ ਕਰ, ਉਹਨਾਂ ਨੂੰ ਕਹੋ ਜੀ ਜਾਇਜ਼ ਮੰਗ ਆ, ਹਾਂ ਕਰੋ, ਕਰਨਾ ਪੈਣਾ ਆਪਾਂ ਨੂੰ। ਅਤੇ ਸਾਨੂੰ ਆਣ ਕੇ ਕਿਹਾ ਵੀ ਲੈ ਵੀ ਮੈਂ ਬਣਾ ਕੇ ਲੈ ਆ, ਅੱਜ ਤੇ ਬੂਟ ਲੱਗ ਗਿਆ, ਆਹ ਚੱਕੋ ਆ ਮੰਗਾਂ ਹੋ ਗਈਆਂ, ਅਤੇ ਸਾਰੇ ਤੋਂ ਖੁਸ਼ੀ ਖੁਸ਼ੀ ਘਰ ਜਾਣ ਲੋਕਾਂ ਨੂੰ ਸਨਮਾਨ ਕਰੀਏ। ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ, ਜਿਸ ਨੂੰ ਕਿ ਖਾਲੀ ਹੋਏ ਨੂੰ 9 ਦਿਨ ਹੋ ਗਿਆ, ਪਰ ਇਸ ਦੇ ਬਾਵਜੂਦ ਅੱਜ ਤੱਕ ਨੈਸ਼ਨਲ ਹਾਈਵੇ ਅਥਾਰਟੀ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਇਸ ਮੁੱਦੇ 'ਤੇ ਕੋਈ ਗੱਲਬਾਤ ਨਹੀਂ ਕੀਤੀ। ਤਾਂ ਉਹਨਾਂ ਕਿਸਾਨਾਂ 'ਤੇ ਨਿਸ਼ਾਨਾ ਸਾਧਦੇ ਹੋਏ ਰਵਨੀਤ ਬਿੱਟੂ ਨੂੰ ਲੁਧਿਆਣਾ ਦੇ ਆਗੂ ਹੋਣ ਦੇ ਨਾਤੇ ਉਹਨਾਂ ਤੋਂ ਮੰਗ ਪੱਤਰ ਲਿਆ ਜਾਵੇ ਅਤੇ ਉਹਨਾਂ ਦੀਆਂ ਮੰਗਾਂ ਕੇਂਦਰ ਤੱਕ ਪਹੁੰਚਾਈਆਂ ਜਾਣ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅਜੇ ਤੱਕ ਕਿਸੇ ਆਗੂ ਨੇ ਉਹਨਾਂ ਨਾਲ ਸੰਪਰਕ ਨਹੀਂ ਕੀਤਾ। ਉਹਨਾਂ ਕਿਹਾ ਕਿ ਇਸ ਨੂੰ ਟੋਲ ਫ੍ਰੀ ਕਰਨ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਹੋਇਆ ਹੈ ਅਤੇ ਮਿਤੀ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਨਾਲ ਬੈਠ ਕੇ ਇਸ ਬਾਰੇ ਕੋਈ ਫੈਸਲਾ ਲਿੱਤਾ ਜਾਵੇਗਾ। ਪ੍ਰਧਾਨ ਜੀ ਕੀ ਕਹਿਣਾ ਚਾਹੁੰਗੇ ਰਣਜੀਤ ਸਿੰਘ ਬਿੱਟੂ ਹੋਣਾ ਦਾ ਕੱਲ੍ਹ ਬਿਆਨ ਹੈ ਕਿ ਜਿਹੜੇ ਕੇਂਦਰ ਦੇ ਮੰਤਰੀ ਗੱਲਬਾਤ ਕੀਤੀ ਜਾਊਗਾ ਜਲਦ ਹੱਲ ਕੀਤਾ ਜਾਊਗਾ, ਕਿਸ ਕਹਿੰਦੇ ਨੇ? ਦੇਖੋ ਜੀ, ਰਵਨੀਤ ਬਿੱਟੂ ਮੰਤਰੀ ਬਣਿਆ ਬੜੀ ਖੁਸ਼ੀ ਦੀ ਗੱਲ ਆ ਕਿ ਸਾਡੇ ਲੁਧਿਆਣੇ ਜ਼ਿਲ੍ਹੇ ਦਾ ਕੋਈ ਮੰਤਰੀ ਬਣਿਆ, ਪਰਮਾਤਮਾ ਨੂੰ ਸਮੱਤ ਬਖਸ਼ੇ। ਜਿਹੜਾ ਉਹਨੇ 10 ਸਾਲ ਦੇ ਵਿੱਚ ਗੰਦ ਪਾ ਰੱਖਿਆ ਸੀ ਉਹ ਹੁਣ ਚੰਗੇ ਕੰਮ ਕਰੇ, ਚੰਗੇ ਕੰਮ ਕਰੇ, ਲੋਕਾਂ ਦੀ ਵਾਹ ਵਾਹ ਖੱਟੇ। ਹੁਣ ਤੱਕ ਤਾਂ ਉਹਨੂੰ ਲੋਕ ਗਾਲਾਂ ਹੀ ਕੱਢਦੇ ਰਹੇ ਆ, ਅਤੇ ਇਹ ਆ ਵੀ ਕਿਤੇ ਬੰਦਾ ਜਾਂਦਾ ਜਾਂਦਾ ਚੰਗਾ ਕੰਮ ਕਰ ਲੈਣਾ ਚਾਹੀਦਾ। ਸਰਕਾਰ ਤਾਂ ਪਤਾ ਨਹੀਂ 5-7 ਦਿਨ ਚੱਲਣੀ ਹੈ ਕਿ ਨਹੀਂ ਚੱਲਣੀ, ਅਤੇ ਆਪਣਾ ਕੋਈ ਕੰਮ ਤਾਂ ਇਹੋ ਜਿਹਾ ਕਰਦੇ ਵੀ ਤੈਨੂੰ ਲੁਧਿਆਣੇ ਵਾਲੇ ਚੰਗਾ ਕਹਿਣ। ਦੂਜੀ ਗੱਲ ਇਹ ਵਾਈਟਾਂ ਦੇ ਨਾ ਜਾਂ ਮੈਕ 'ਤੇ ਬੋਲਣ ਨਾਲ ਮਸਲੇ ਹੱਲ ਨਹੀਂ ਹੁੰਦੇ, ਹੁੰਦੇ ਗਰਾਊਂਡ ਲੈਵਲ 'ਤੇ। ਹੁਣ ਇੱਥੇ ਬੈਠੇ ਹਾਂ, ਲੁਧਿਆਣੇ ਦਾ ਮੁੱਖ ਦੁਆਰ ਆ, ਤੂੰ ਮੰਤਰੀ ਬਣਿਆ ਵਾ, ਮੈਂ ਲੁਧਿਆਣੇ ਦੇ ਵਿੱਚੋਂ ਤੂੰ ਇਲੈਕਸ਼ਨ ਲੜੀ ਆ, ਹਾਰ ਜਿੱਤ ਦੀ ਗੱਲ ਬਾਅਦ ਦੀ ਆ, ਵੀ ਤੂੰ ਇੱਥੇ ਆ ਜਾ, ਆ ਕੇ ਬੈਠ, ਸਾਡੇ ਤੋਂ ਮੰਗ ਪੱਤਰ ਲੈ, ਤੈਨੂੰ ਮੰਗਾਂ ਦਾ ਪਤਾ ਹੋਵੇ ਵੀ ਆਹ ਲੋਕਾਂ ਦੀ ਮੰਗ ਆ ਅਤੇ ਆਹ ਅਸੀਂ ਕਰ ਰਹੇ ਹਾਂ। ਤੂੰ ਉੱਪਰ ਗੱਲ ਕਰ, ਉਹਨਾਂ ਨੂੰ ਕਹੋ ਜੀ ਜਾਇਜ਼ ਮੰਗ ਆ, ਆ ਕਰੋ, ਕਰਨਾ ਪੈਣਾ ਆਪਾਂ ਨੂੰ। ਅਤੇ ਸਾਨੂੰ ਆਣ ਕੇ ਕਹਿ ਵੀ ਲੈ ਵੀ ਮੈਂ ਬਣਾ ਕੇ ਲੈ ਹਾਂ, ਅੱਜ ਤੇ ਬੂਟ ਲੱਗ ਗਿਆ, ਆਹ ਚੱਕੋ ਆ ਮੰਗਾਂ ਹੋ ਗਈਆਂ, ਅਤੇ ਸਾਰੇ ਤੋਂ ਖੁਸ਼ੀ ਖੁਸ਼ੀ ਘਰ ਜਾਣ ਦੇ, ਉਹਦਾ ਵੀ ਸਨਮਾਨ ਕਰੀਏ। ਪ੍ਰਧਾਨ ਜੀ ਗੱਲ ਕਰੀਏ, 30 ਤਰੀਕ ਆ ਰਹੀ ਹੈ ਅਤੇ ਤੁਸੀਂ ਕਿਹਾ ਸੀ 30 ਤਰੀਕ ਨੂੰ ਜਿਹੜੇ ਤਾਲੇ ਲਗਾਉਣੇ ਆ, ਅਤੇ ਕਿਸ ਤਿਆਰੀਆਂ ਅਤੇ ਕੌਣ ਕਿਹੜੀ ਕਿਹੜੀ ਜਥੇਬੰਦੀ ਇੱਥੇ ਪਹੁੰਚ ਗਈ, ਕੌਣ ਕੌਣ ਆ ਰਹੇ? ਜਿੰਨੀਆਂ ਸਾਡੀਆਂ ਸਹਿਯੋਗੀ ਜਥੇਬੰਦੀਆਂ ਨੇ ਸਾਰੀਆਂ ਆ ਰਹੀਆਂ ਨੇ, ਜਿਹਨਾਂ 'ਚ ਟਰੱਕ ਯੂਨੀਅਨ, ਟੈਂਪੂ ਯੂਨੀਅਨ, ਟੈਕਸੀ ਯੂਨੀਅਨ ਔਰ ਟਿੱਪਰਾਂ ਵਾਲੇ ਆ ਅਤੇ ਬੱਸਾਂ ਵਾਲੇ ਨਹੀਂ ਆਏ, ਉਹ ਉਹਨਾਂ ਦਾ ਵੀ ਲਾ ਰਹੇ ਹਾਂ ਪਤਾ ਵੀ ਉਹਨਾਂ ਦਾ ਗੋਰਖ ਧੰਦਾ ਕੀ ਚੱਲਦਾ ਸੀ, ਅਤੇ ਚੱਲਦਾ ਜ਼ਰੂਰ ਆ ਉਹਨਾਂ ਦਾ। ਕੁਛ ਪਤਾ ਲੱਗਿਆ ਵੀ ਸਾਨੂੰ ਉਹ ਜਿਹੜੀ 750 ਵਾਲੀ ਬੱਸ ਸੀ 400 'ਚ ਨੰਘਾ ਰਹੇ ਨੇ, ਉਹ ਕਿਵੇਂ ਨੰਘਾ ਰਹੇ ਨੇ ਉਹ ਵੀ ਲਾਉਂਦੇ ਹਾਂ ਪਤਾ। ਜੇ ਆਪਾਂ ਗੱਲ ਕਰੀਏ ਜਦੋਂ ਟੋਲ ਚੱਲਦਾ ਸੀ ਇੱਕ ਵੀ ਗੱਡੀ ਫ੍ਰੀ ਲੰਘਾ ਦਿੱਤੀ ਜਾਂਦੀ, ਹਾਂ, ਅਤੇ ਉਹਨਾਂ 3 ਲੱਖ ਦੇ ਕਰੀਬ ਗੱਡੀ ਫ੍ਰੀ ਲੰਘੀ ਅਤੇ 8 ਕਰੋੜ ਦਾ ਟੈਕਸ ਬਚਿਆ ਲੋਕਾਂ ਦਾ, ਇਹਨੂੰ ਕਿਸ ਕਹਿੰਦੇ ਤੁਸੀਂ? ਬਿਲਕੁਲ ਜੀ, ਅੱਜ ਲੋਕਾਂ ਦੀ ਜੇਬ 'ਤੇ ਜਿਹੜਾ ਵੱਡਾ ਡਾਕਾ ਪੈਂਦਾ ਸੀਗਾ, ਮੇਰਾ ਖਿਆਲ ਬਹੁਤੇ ਬੰਦੇ ਤਾਂ ਕਈ ਚਿਰਾਂ ਬਾਅਦ ਅੱਜ ਐ ਨੂੰ ਗੱਡੀਆਂ ਲੈ ਕੇ ਆਪਣੇ ਰਿਸ਼ਤੇਦਾਰੀ 'ਚ ਮਿਲਣ ਗਏ ਹੋਣੇ ਵੀ ਚਲੋ ਤੇਲ 'ਤੇ ਪਾਉਣਾ ਟੋਲ 'ਤੇ ਬਚਿਆ ਨਾ, ਬਹੁਤੇ ਬੰਦੇ ਕਹਿ ਕੇ ਵੀ ਜਾਂਦੇ ਆ ਵੀ ਅੱਗੇ ਤਾਂ ਅਸੀਂ ਸਕੂਟਰੀਆਂ ਸਕਾਟਰੀਆਂ 'ਤੇ ਲੰਘਦੇ ਵੀ ਉਨੇ ਦਾ ਤੇਲ ਆ ਉਨੇ ਦਾ ਟੈਕਸ ਆ ਸਾਡਾ, ਅਤੇ ਹੁਣ ਸਾਨੂੰ ਜਿਹੜੀ ਤੁਸੀਂ ਬਾਕੀ ਵਿਊ ਲਏ ਆ ਲੋਕਾਂ ਦੇ, ਤੁਸੀਂ ਦੇਖੋ ਲੋਕਾਂ ਨੂੰ ਕਵਰ ਕਰਕੇ ਵੀ ਲੋਕ ਕੀ ਕਹਿੰਦੇ, ਹੁਣ ਤੁਹਾਨੂੰ ਜ਼ਿਆਦਾ ਦੱਸਣਗੇ ਲੋਕ। ਠੀਕ ਹੈ ਜੀ, ਰਣਜੀਤ ਸਿੰਘ ਬਿੱਟੂ ਹੋਣਾ ਦਾ ਬਿਆਨ ਆਇਆ ਹੈਗੀ ਕੀ ਹੱਲ ਹੋਊਗਾ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ ਸਾਡਾ ਮੀਡੀਆ ਵਾਲਿਆਂ ਦਾ, ਜਿਹੜੇ ਸਾਡੇ ਇੱਥੇ ਧੁੱਪ ਦੇ ਵਿੱਚ ਟੂਲ ਪਲਾਜ਼ਾ 'ਤੇ ਬੈਠੇ ਹਾਂ, ਇਹ ਮੀਡੀਆ ਚੌਥਾ ਥੰਮ ਹੁੰਦਾ। ਰਹੀ ਗੱਲ ਰਵਨੀਤ ਬਿੱਟੂ ਵਾਲੀ,
ਗੱਲ ਹੈ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇੰਡੀਆ ਦੇ ਰੇਲ ਮੰਤਰੀ ਬਣਾਏ ਨੇ, ਰਾਜ ਮੰਤਰੀ ਬਣਾਏ ਨੇ, ਅਸੀਂ ਉਹਨਾਂ ਨੂੰ ਮੁਬਾਰਕ ਕਹਿੰਦੇ ਹਾਂ, ਵਧਾਈਆਂ ਦਿੰਦੇ ਹਾਂ। ਹੁਣ ਉਹਨਾਂ ਨੂੰ ਸਮਾਂ ਮਿਲਿਆ ਔਰ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪਾਵਰ ਦਿੱਤੀ ਹੈ ਅਤੇ ਉਹ ਪਾਵਰ ਪੰਜਾਬ ਤੋਂ ਕੋਈ ਆਪਦਾ ਉਹਦਾ ਕੋਈ ਜਿਹੜਾ ਲਾਹਾ ਲੈਣ, ਜਿਵੇਂ ਤੁਹਾਨੂੰ ਪਤਾ ਹੀ ਆ ਅੱਗੇ ਵੀ ਉੱਥੇ ਆ ਕੇ ਆਉਂਦੇ ਗਏ ਆ। ਇਹ ਜੇ ਟੂਲ ਪਲਾਜ਼ੇ 'ਤੇ ਆ ਕੇ ਕੋਈ ਬੰਦਾ ਆਪਣੇ ਪੰਜਾਬ ਦੀ ਗੱਲ ਕਰੂਗਾ, ਪੰਜਾਬ ਦੇ ਹੱਕਾਂ ਦੀਆਂ ਗੱਲ ਕਰਨਗੇ, ਇੰਡਸਟਰੀਆਂ ਇੱਥੇ ਨੂੰ ਲੈ ਕੇ ਆਉਣਗੇ ਅਤੇ ਲੋਕ ਕੰਮ ਨੂੰ ਪਸੰਦ ਕਰਨਗੇ। ਅਸੀਂ ਤਾਂ ਰਵਨੀਤ ਬਿੱਟੂ ਜੀ ਨੂੰ ਇਹੀ ਬੇਨਤੀ ਕਰਾਂਗੇ ਵੀ ਤੁਸੀਂ ਇੰਨੀ ਵੱਡੀ ਤੁਹਾਡੇ ਕੋਲ ਪਾਵਰ ਹੈ, ਸੈਂਟਰ ਦਾ ਹਾਈਵੇ ਆ, ਅਤੇ ਤੁਸੀਂ ਬਿਨਾਂ ਦੇਰੀ ਤੋਂ ਇੱਥੇ ਆ ਕੇ ਇਹਦਾ ਹੱਲ ਕਰੋ। ਅਸੀਂ ਵਾਅਦਾ ਕਰਦੇ ਹਾਂ ਵੀ ਤੁਹਾਡਾ ਇੱਥੇ ਮਾਣ ਸਨਮਾਨ ਵੀ ਪੂਰਾ ਹੋਊਗਾ। ਤੁਸੀਂ ਫਿਰ ਵਾਅਦਾ ਕਰਕੇ ਜਾਓ, ਆ ਕੇ ਮੰਗ ਪੱਤਰ ਲੈ ਕੇ ਜਾਓ ਵੀ ਕੀ ਇਹਦਾ ਵਾਕਿਆ ਹੀ ਇਹ ਟੂਲ ਪਲਾਜ਼ ਦਾ ਇਹ ਮਨਿਆਦ ਤੋਂ ਵੱਖਰਾ ਚੱਲ ਰਿਹਾ। ਕਿਉਂ ਇੱਕ ਦਿਨ ਵਾਸਤੇ ਅਸੀਂ ਬੈਠੇ ਸੀ, ਸਾਨੂੰ ਨਹੀਂ ਸੀ ਪਤਾ ਇੰਨਾ ਲੰਬਾ ਹੋ ਜਾਣਾ, ਪਰ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਇਹ ਤਾਂ ਘੰਟੇ ਬਾਅਦ ਇੱਥੇ ਪੁਲਿਸ ਅਫਸਰ SP ਬੜੇ ਬੜੇ ਅਫਸਰ ਪਹੁੰਚ ਜਾਂਦੇ ਆ, ਇੱਥੇ ਸਾਡੇ ਕੋਲ ਸਫਾਈ ਤੱਕ ਵੀ ਨਹੀਂ ਕੋਈ ਆਇਆ। ਇਹਦਾ ਮਤਲਬ ਆ ਇਹਦੀ ਮਨਿਆਦ ਨਿਕਲ ਚੁੱਕੀ ਹੈ ਸਾਨੂੰ ਲੱਗ ਰਿਹਾ। ਅਤੇ ਰਵਨੀਤ ਬਿੱਟੂ ਜੀ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ 30 ਤਰੀਕ ਦਾ ਅਸੀਂ ਟਾਈਮ ਦਿੱਤਾ ਜਥੇਬੰਦੀਆਂ ਨੇ, ਗਿੱਲ ਸਾਹਿਬ ਨੇ, ਪ੍ਰੀਤ ਸਿੰਘ ਕਾਦੀਆਂ ਸਾਹਿਬ ਵੱਲੋਂ, ਵੀ ਜੇ 30 ਤਰੀਕ ਨੂੰ ਇਹ ਨਹੀਂ ਕੋਈ ਇਹਦਾ ਹੱਲ ਹੋਇਆ ਤਾਂ ਅਸੀਂ ਇਹਨੂੰ ਪੱਕੇ ਤੌਰ 'ਤੇ ਬੰਦ ਕਰਾਂਗੇ। ਅਤੇ ਤੁਸੀਂ ਇਹ 'ਚ ਆ ਕੇ ਪਹਿਲਾਂ ਸਾਡਾ ਕੋਈ ਸਹਿਯੋਗ ਦਿਓ, ਆ ਕੇ ਖੜੋ ਅਤੇ ਅਸੀਂ ਤੁਹਾਨੂੰ ਮੁਬਾਰਕ ਇਹ ਗੱਲ ਦੀ ਦੇ ਰਹੇ ਹਾਂ ਵੀ ਤੁਹਾਨੂੰ ਐਡਾ ਵੱਡੀ ਪਾਵਰ ਤੁਹਾਡੇ ਪੰਜਾਬ ਦੇ ਵਿੱਚ ਰੇਲ ਮੰਤਰੀ ਅਤੇ ਰਾਜ ਮੰਤਰੀ ਦਾ ਤੁਹਾਨੂੰ ਅਹੁਦਾ ਮਿਲਿਆ, ਅਤੇ ਤੁਸੀਂ ਇਹ ਪੰਜਾਬ ਦੇ ਮਸਲੇ ਹੱਲ ਕਰੋ, ਇਹ ਗੱਲ ਚੁੱਕੋ ਪੰਜਾਬ ਦੀ, ਪੰਜਾਬ ਦੇ ਹਿੱਤੇ ਦੀ ਗੱਲ ਕਰੋ ਅਤੇ ਲੋਕ ਗਾਂ ਵਾਸਤੇ ਤੁਹਾਡੇ ਨਾਲ ਕੋਈ ਹਰ ਇੱਕ ਬੰਦਾ ਕੋਈ, ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਵਿਤਕਰਾ ਕਰਨਾ ਚਾਹੁੰਦਾ, ਤੁਸੀਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ ਅਤੇ ਦੁਨੀਆ ਤੁਹਾਡੇ ਨਾਲ ਖੜੂਗੀ। ਪਰ ਤੁਸੀਂ ਪਹਿਲਾਂ ਦੇਖੋ ਵੀ ਆਪਾਂ ਇੰਡੀਆ ਵਾਸਤੇ ਤੁਹਾਨੂੰ ਇਹ ਰੱਬ ਨੇ ਇੱਕ ਸੁਨਹਿਰੀ ਮੌਕਾ ਦਿੱਤਾ ਵਾ, ਅਤੇ ਤੁਸੀਂ, ਮੈਂ ਤਾਂ ਇਹੀ ਅਪੀਲ ਕਰੂੰਗਾ ਜਲਦੀ ਤੋਂ ਜਲਦੀ ਜੇ ਸਾਡੀ ਵੀਡੀਓ ਤੁਹਾਡੇ ਕੋਲ ਪਹੁੰਚਦੀ ਆ ਤਾਂ ਸਭ ਤੋਂ ਪਹਿਲਾਂ ਸਾਰੇ ਕੰਮ ਬੰਦ ਕਰਕੇ ਟੂਲ ਪਲਾਜ਼ੇ 'ਤੇ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।